ਬੋਲੇ ਈਸ਼ੋ ਨਿਹਾਲ ਅਸ ਅਕਾਲ ਬਹੁਤ ਬਹੁਤ ਧੰਨਵਾਦ ਬਾਬਾਈ ਹੋਣਾ ਦਾ ਬਾਬਾ ਜੀਵਾ ਸਿੰਘ ਜੀ ਬਾਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਸਨਿਮਰ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨ ਗੁਰੂ ਨਾਨਕ ਦੇਵ ਸਾਹਿਬ ਨੇ ਸਾਨੂੰ ਤਿੰਨ ਸਿਧਾਂਤ ਦਿੱਤੇ ਨੇ ਕਿਰਤ ਕਰੋ ਧਾਮ ਜਪੋ ਵੰਡ ਕੇ ਛਕੋ ਇਸ ਕਰਕੇ ਜਿਹੜਾ ਵੀ ਭੱਜਣ ਗੁਰੂ ਨਾਨਕ ਦੇਵ ਸਾਹਿਬ ਤੇ ਸ਼ਰਧਾ ਰੱਖਦਾ ਹੈ ਉਹ ਆਪਣੇ ਆਪ ਹੀ ਕਿਸਾਨ ਵਾਲੀ ਲਾਈਨ ਦੇ ਵਿੱਚ ਖੜਾ ਹੋ ਜਾਂਦਾ ਹੈ ਉਹ ਭਾਵੇਂ ਕੋਈ ਵੀ ਸੇਖ ਹੋਵੇ ਉਹ ਕਿਸਾਨ ਆਪਣੇ ਆਪ ਬਣ ਜਾਂਦਾ ਜਦੋਂ ਉਹਦਾ ਧੰਗ ਗੁਰੂ ਨਾਨਕ ਦੇਵ ਸਾਹਿਬ ਅੱਗੇ ਸਿਰ ਝੁਕਦਾ ਹੈ ਧੰਗ ਗੁਰੂ ਨਾਨਕ ਦੇਵ ਸਾਹਿਬ ਨੇ ਅੱਜ ਤੋਂ 550 ਸਾਲ ਪਹਿਲਾਂ ਉਹ ਸਮੇਂ ਦੀ ਸਰਕਾਰ ਬਾਰੇ ਬਚਨ ਕੀਤੇ ਸੀ ਜਿਹੜੇ ਅੱਜ ਵੀ ਇਨ ਬਿਨ ਢੁਗਦੇ ਨੇ ਸਤਿਗੁਰੂ ਜੀ ਦੇ ਬਚਨ ਅੰਕਿਤ ਕੀਤੇ ਨੇ ਰਾਜੇ ਸ਼ੀ ਮੁਕਦਮ ਕੁੱਤੇ ਜਾਏ ਜਗਾਏ ਨ ਬੈਠੇ ਉੱਤੇ ਕਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉਡਰਿਆ ਕਹਿਣ ਤੋਂ ਭਾਵ ਕਿ ਠੀਕ ਹੈ ਉਹ ਪੁਰਾਣੇ ਬਾਦਸ਼ਾਹ ਚਲੇ ਗਏ ਪਰ ਉਹਨਾਂ ਦਾ ਸੁਭਾਅ ਉਹਨਾਂ ਦੀ ਬਿਰਤੀ ਉਹਨਾਂ ਦੀ ਆਤਮਾ ਅੱਜ ਜਿਹੜੇ ਬਾਦਸ਼ਾਹ ਬਣ ਕੇ ਬੈਠੇ ਨੇ ਉਹਨਾਂ ਵਿੱਚ ਉਹੀ ਕੰਮ ਕਰਦੀ ਪਈ ਜਿਹੜੀ 550 ਸਾਲ ਪਹਿਲਾਂ ਹੁੰਦੇ ਸੀ ਅਸੀਂ ਇੱਕ ਗੱਲ ਕਹਿੰਨੇ ਆ ਕਿ ਜੀ ਡੈਮੋਕਰੇਸੀ ਹੈ ਲੋਕਤੰਤਰ ਹੈ ਉਦਾਹਰਨ ਦੇ ਤੌਰ ਤੇ ਇੰਗਲੈਂਡ ਛੋਟਾ ਜਿਹਾ ਦੇਸ਼ ਪਰ ਲੋਕਤੰਤਰ ਦੀ ਤਾਕਤ ਦੇ ਨਾਲ ਉਹਨੇ ਤਕਰੀਬਨ 90% ਸਾਰੀ ਦੁਨੀਆ ਤੇ ਰਾਜ ਕੀਤਾ ਹੈ ਉਥੋਂ ਦਾ ਕਾਨੂੰਨ ਲਿਖਤੀ ਨਹੀਂ ਆ ਸੰਵਿਧਾਨ ਲਿਖਤੀ ਨਹੀਂ ਆ ਬੜਾ ਸਿੰਪਲ ਜਿਹਾ ਕਾਨੂੰਨ ਆ ਜੀ ਉਹਨਾਂ ਦਾ ਕਿ ਜੋ ਲੋਕਾਂ ਨੂੰ ਚੰਗਾ ਲੱਗਦਾ ਵਾ ਵੋਟਾਂ ਪਵਾ ਲੋ ਤੇ ਕਾਨੂੰਨ ਬਣਾ ਦੋ ਉਹਨਾਂ ਦਾ ਲਿਖਤੀ ਸੰਵਿਧਾਨ ਨਹੀਂ ਜਿੱਦਾਂ ਸਾਡਾ ਲਿਖਤੀ ਸੰਵਿਧਾਨ ਬਣਿਆ ਤੁਸੀਂ ਹੈਰਾਨ ਹੋਵੋਗੇ ਕਿ ਇਸ ਦੇਸ਼ ਵਿੱਚ ਇੱਕ ਦਾਵਾ ਕੀਤਾ ਜਾਂਦਾ ਕਿ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਡੈਮੋਕ੍ਰੇਸੀ ਜੇ ਕਿਤੇ ਹੈ ਤੇ ਹਿੰਦੁਸਤਾਨ ਦੇ ਵਿੱਚ ਹੈ ਪਰ ਨਹੀਂ ਸਿਰਫ ਇਹ ਦਾਵਾ ਵਾ ਡੈਮੋਕ੍ਰੇਸੀ ਦਾ ਅਸਲੀ ਚਿਹਰਾ ਵੇਖਣਾ ਤੇ ਇੱਥੇ ਆਣ ਕੇ ਦੇ ਕਿ ਕਿਦਾਂ ਜ਼ੁਲਮ ਕੀਤਾ ਜਾ ਰਿਹਾ ਹੈ ਤੇ ਪਰਜਾ ਦੀ ਲੋਕਾਂ ਦੀ ਸੰਗਤ ਦੀ ਆਵਾਜ਼ ਜਿਹੜੀ ਹੈ ਉਹ ਦੱਬੀ ਜਾ ਰਹੀ ਹੈ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਆਪ ਸਾਰਿਆਂ ਉੱਤੇ ਬੜੀ ਕਿਰਪਾ ਹੈ ਕਮਾਲ ਦੀ ਗੱਲ ਹੈ ਵੀ ਤਖਤ ਵੀ ਉਹੀ ਹੈ ਆਵਾਜ਼ ਵੀ ਉਹੀ ਹੈ ਤੇ ਹਮੇਸ਼ਾ ਉਥੋਂ ਹੀ ਉੱਠਦੀ ਰਹੀ ਹੈ ਧੰਨ ਗੁਰੂ ਨਾਨਕ ਦੇਵ ਸਾਹਿਬ ਨੇ ਇਸੇ ਤਖਤ ਤੇ ਬੈਠੇ ਬਾਬਰ ਨੂੰ ਜਬਰ ਆਖਿਆ ਸੀ ਔਰ ਕਿਸੇ ਦੀ ਯੁਰਤ ਨਹੀਂ ਪਈ। ਧੰ ਗੁਰੂ ਅਰਜਨ ਦੇਵ ਸਾਹਿਬ ਨੇ ਇਸੇ ਤਖਤ ਦੇ ਹੁਕਮਰਾਨ ਨੂੰ ਕਿਹਾ ਸੀ ਮੈਂ ਤੇਰਾ ਸம்மਤ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਲੇਖ ਸਕਦਾ ਭਾਵੇਂ ਕਿ ਤੂੰ ਬਾਦਸ਼ਾਹ ਵਾ ਤੂੰ ਨਿਆਂ ਨਹੀਂ ਕਰਦਾ। ਧੰ ਗੁਰੂ ਹਰਗੋਬਿੰਦ ਸਾਹਿਬ ਨੇ ਇਸੇ ਤਖਤ ਤੋਂ ਦੁਖੀ ਹੋ ਕੇ ਉਸ ਵਾਹਿਗੁਰੂ ਦਾ ਸੱਚਾ ਤੇ ਸਦੀਵੀ ਰਹਿਣ ਵਾਲਾ ਤਖਤ ਅਕਾਲ ਤਖਤ ਰਚਿਆ ਸੀ ਜਦੋਂ ਇਸ ਤਖਤ ਤੋਂ ਲੋਕਾਂ ਨੂੰ ਨਿਆਂ ਮਿਲਣੋਂ ਅੜ ਗਿਆ। ਸਾਨ ਗੁਰੂ ਤੇਗ ਬਹਾਦਰ ਸਾਹਿਬ ਨੇ ਇੱਥੇ ਸ਼ਹੀਦੀ ਦਿੱਤੀ ਤੇ ਤੁਸੀਂ ਥੋੜਾ ਜਿਹਾ ਪਿੱਛੇ ਜਾਓ ਜਦੋਂ ਬੀਬੀ ਇੰਦਰਾ ਗਾਂਧੀ ਨੇ ਐਮਰਜੈਂਸੀ ਪੂਰੇ ਹਿੰਦੁਸਤਾਨ ਦੇ ਵਿੱਚ ਲਾਈ ਸੀ ਤਾਂ ਸਭ ਤੋਂ ਪਹਿਲਾਂ ਆਵਾਜ਼ ਵੀ ਐਮਰਜੈਂਸੀ ਦੇ ਉਲਟ ਪੰਜਾਬ ਦੇ ਵਿੱਚ ਉੱਠੀ ਸੀ। ਸ਼੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਭਿੰਡਰਾਵਾਲਿਆਂ ਨੇ 37 ਜਲੂਸ ਕੱਢੇ ਸੀ ਤੇ ਨਵੇਂ ਪਾਤਸ਼ਾਹ ਦੇ ਪਾਵਨ ਪਵਿੱਤਰ ਦਿਹਾੜੇ ਉੱਤੇ 22 ਲੱਖ ਦਾ ਇਕੱਠ ਹੋਇਆ ਸੀ। ਜਿੱਥੇ ਸੰਤਾ ਮਹਾਪੁਰਖਾਂ ਨੇ ਸਮੇਂ ਦੀ ਪ੍ਰਧਾਨ ਮੰਤਰੀ ਨੂੰ ਚੈਲੰਜ ਕੀਤਾ ਸੀ ਔਰ ਉਹਨੂੰ ਉਹਦੀ ਅਸਲੀ ਔਕਾਤ ਦਿਖਾਈ ਸੀ ਇੱਕ ਬੇਨਤੀ ਕਰਾਂ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਵੀ ਇਹੀ ਮੰਗਾਂ ਰੱਖੀਆਂ ਸੀ ਅੱਜ ਸਮਾਂ ਬਦਲ ਚੁੱਕਾ ਹੈ ਬੜੀ ਖੁਸ਼ੀ ਹੁੰਦੀ ਹੈ ਜਦੋਂ ਪੰਜਾਬੀ ਜਾਂ ਇਸ ਦੇਸ਼ ਦੇ ਵਜਿੰਦੇ ਜਾ ਗੁਰੂ ਕੇ ਸਿੱਖ ਇੰਨੇ ਜਾਗਰੂਕ ਹੋ ਚੁੱਕੇ ਨੇ ਕਿ ਆਪਣੇ ਅਧਿਕਾਰਾਂ ਨੂੰ ਸਮਝਦੇ ਪਏ ਨੇ ਦਾਸ ਬੇਨਤੀ ਕਰਕੇ ਸਮਾਪਤੀ ਕਰੇ ਬਹੁਤਾ ਸਮਾਂ ਨਾ ਲਵੇ ਆਪ ਜੀ ਹੈਰਾਨ ਹੋਵੋਗੇ ਅਜੇ ਕੱਲ ਪਰਸੋਂ ਹੀ ਦਿਖਾ ਰਹੇ ਸੀ ਸੋਸ਼ਲ ਮੀਡੀਆ ਉੱਤੇ ਅਮਰੀਕਾ ਦਾ ਰਾਸ਼ਟਰਪਤੀ ਹੈ ਜੋਏ ਬਾਡਨ ਉਹਨੇ ਅਫਰੀਕੀ ਮੂਲ ਵਾਲੇ ਬੰਦੇ ਨੂੰ ਉਹਨਾਂ ਦੀ ਪੁਲਿਸ ਵੱਲੋਂ ਨਸਲ ਭੇਦ ਕਰਕੇ ਗੋਲੀ ਮਾਰ ਦਿੱਤੀ ਗਈ ਉਹਨੇ ਉਹਦੀ ਬੱਚੀ ਕੋਲੋਂ ਛੋਟੀ ਜੀ ਬੱਚੀ ਕੋਲੋਂ ਸਾਰੇ ਆਮ ਬਾਜ਼ਾਰ ਦੇ ਵਿੱਚ ਢੋਡੇ ਭਾਰ ਹੋ ਕੇ ਮਾਫੀ ਮੰਗੀ ਤੁਸੀਂ ਸਾਰਿਆਂ ਦੇਖਿਆ ਹੋਵੇਗਾ ਕੀ ਗੱਲ ਇਹ ਸਰਕਾਰ ਆਪਣੇ ਇਸ ਫੈਸਲੇ ਨੂੰ ਗਲਤ ਮੰਨਦਿਆਂ ਹੋਇਆ ਦਿਆਨਤਦਾਰੀ ਨੂੰ ਮੁੱਖ ਰੱਖਦਿਆਂ ਹੋਇਆ ਮਾਫੀ ਨਹੀਂ ਮੰਗ ਸਕਦੀ ਇਹ ਕਿਤੇ ਕਿੱਡੀ ਗੱਲ ਦਿਆਨਦਾਰੀ ਤੇ ਆਉਣ ਇਹ ਬਿਆਨ ਇਹ ਸੰਦੇਸ਼ ਦੰਦਮਈ ਟਕਸਾਲ ਦੇ ਮੁਖੀ ਸਤਿ ਪਤਿ ਆ ਪਾ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਵੱਲੋਂ ਅਖਬਾਰ ਦੇ ਵਿੱਚ ਵੀ ਛਪਿਆ ਸੀ ਕਿ ਪ੍ਰਧਾਨ ਮੰਤਰੀ ਜੀ ਨੂੰ ਚਾਹੀਦਾ ਹੈ ਕਿ ਧਿਆਨ ਤਰਾਰੀ ਨੂੰ ਮੁੱਖ ਰੱਖਦਿਆਂ ਹੋਇਆਂ ਮਾਫੀ ਮੰਗ ਲੈਣ ਤੇ ਕਾਨੂੰਨ ਵਾਪਸ ਲੈ ਲੈਣ ਹੋਣ ਦਾਸ਼ ਬੇਨਤੀ ਕਰੇ ਆਪ ਸੰਗਤਾਂ ਦੇ ਚਰਨਾਂ ਦੇ ਵਿੱਚ ਇਹੋ ਜਿਹਾ ਮੋਰਚਾ ਕਿਤੇ ਵੀ ਦੇਖਣ ਨੂੰ ਨਹੀਂ ਮਿਲਦਾ ਇੰਨਾ ਸੋਹਣੇ ਤਰੀਕੇ ਦੇ ਨਾਲ ਪ੍ਰਬੰਧਕਾਂ ਨੇ ਚਲਾਇਆ ਹੈ ਸਰਕਾਰ ਹਰਾਨ ਆ ਕਿ ਅਜੇ ਤੱਕ ਇਹਦੇ ਵਿੱਚ ਅਣ ਸੁਖਾਵੀ ਘਟਨਾ ਕਿਉਂ ਨਹੀਂ ਹੋਈ ਬਸ ਤੁਹਾਡੀ ਇਹ ਤਾਕਤ ਸਰਕਾਰ ਨੂੰ ਮਜਬੂਰ ਕਰ ਦੋਗੀ ਗੋਡੇ ਟੇਕਣ ਤੇ ਕਿਉਂਕਿ ਐਡਾ ਸੋਹਣਾ ਪ੍ਰਬੰਧ ਪ੍ਰਬੰਧਕਾਂ ਵੱਲੋਂ ਕਿਸਾਨ ਏਕਤਾ ਯੂਨੀਅਨ ਵੱਲੋਂ ਸੰਯੁਕਤ ਕਿਸਾਨ ਏਕਤਾ ਵੱਲੋਂ ਤੁਸੀਂ ਹਰਾਨ ਹੋਵੋਗੇ ਆਮ ਧਰਨੇ ਲੱਗਦੇ ਆ ਰੇਲਾਂ ਸਾੜਦੇ ਆ ਦੁਕਾਨਾਂ ਲੁੱਟਦੇ ਆ ਤੇ ਮਾਫ ਕਰਿਓ ਧੀਆਂ ਪੈਣਾ ਵੱਲ ਬੁਰੀ ਨਜ਼ਰ ਨਾ ਦੇਖਿਆ ਜਾਂਦਾ ਇਕੋ ਇੱਕ ਧਰਨਾ ਇਦਾਂ ਦਾ ਹੈ ਸੰਘਰਸ਼ ਇਦਾਂ ਦਾ ਹੈ ਕਿ ਜਿੱਥੇ ਗੁਰੂ ਨਾਨਕ ਦੇਵ ਸਾਹਿਬ ਦਾ ਸੰਦੇਸ਼ ਸਾਰੇ ਸੰਸਾਰ ਨੂੰ ਦਿੱਤਾ ਜਾ ਰਿਹਾ ਹੈ ਤੇ ਮੈਂ ਪ੍ਰਧਾਨ ਮੰਤਰੀ ਜਾਂ ਉਹਨਾਂ ਦੀ ਸਰਕਾਰ ਨੂੰ ਇਹ ਸੰਦੇਸ਼ ਦੇਣਾ ਚਾਹੁੰਨਾ ਦਮਦਮੇ ਟਕਸਾਲ ਦੇ ਮੁਖੀ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਜੀ ਵੱਲੋਂ ਚਲੋ ਜੇ ਸਾਡੀ ਨਹੀਂ ਮੰਨਣੀ ਅਸੀਂ ਤੇ ਯਕੀਨ ਰੱਖਦੇ ਹਾਂ ਨਾ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਜੇ ਤੁਸੀਂ ਆਪਦੇ ਗ੍ਰੰਥਾਂ ਦੀ ਮੰਨ ਲਓ ਫਿਰ ਵੇਦਾਂ ਦੇ ਵਿੱਚ ਕੀ ਲਿਖਿਆ ਸਰਵੇ ਭਵੰਤੂ ਸੁਖੀਨਾ ਸਰਵੇ ਸੰਤੂ ਨਿਰਾਮਯਾ ਸਰਵੇ ਬਦਰਾਣੀ ਪਸ਼ਯੰਤੂ ਮਾ ਕਸ਼ਯਦ ਦੁਖ ਭਾਗ ਬਵੇਦ ਵੇਦ ਕੀ ਕਹਿੰਦਾ ਵਾ ਵੇਦ ਕਹਿੰਦਾ ਦੁਨੀਆ 'ਚ ਮੈਨੂੰ ਕੋਈ ਦੁਖੀ ਨਾ ਦਿਖੇ ਹਰੇਕ ਦੇ ਸੇ ਸੁਖ ਆਵੇ ਤੇ ਪਰਮਾਤਮਾ ਕਿਰਪਾ ਕਰੇ ਹਰ ਬੰਦੇ ਦੇ ਘਰ ਖੁਸ਼ੀਆਂ ਵੰਡੇ ਜੇ ਸਾਡੀ ਨੇ ਮੰਨਣੀ ਕਿ ਆਪ ਦੇ ਗ੍ਰੰਥਾਂ ਦੇ ਹੀ ਮੰਨ ਲਓ ਆਪ ਸੰਗਤਾਂ ਦਾ ਦਾਸ ਬਹੁਤਾ ਸਮਾਂ ਨਾ ਲਵੇ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਜਿੱਥੇ ਸਮੂਚੀਆਂ ਹੀ ਜਥੇਬੰਦੀਆਂ ਵੱਲੋਂ ਇਸ ਸੰਘਰਸ਼ ਦੇ ਵਿੱਚ ਹਿੱਸਾ ਪਾਇਆ ਜਾ ਰਿਹਾ ਹੈ ਉੱਥੇ ਦਮਦਵੀ ਟਕਸਾਲ ਵੱਲੋਂ ਵੀ ਸ੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਵੀ ਟਕਸਾਲ 5 ਲੱਖ ਦਮੜਾ ਇਸ ਸੰਘਰਸ਼ ਵਿੱਚ ਯੋਗਦਾਨ ਦਿੱਤਾ ਗਿਆ ਹੈ ਔਰ 21 ਕੁਇੰਟਲ ਪਿੰਨੀਆਂ ਦਾ ਪ੍ਰਸ਼ਾਦ ਆਪ ਸੰਗਤਾਂ ਦੀ ਸੇਵਾ ਵਿੱਚ ਭੇਜਿਆ ਹੈ ਆਪ ਜੀ ਨੇ ਪ੍ਰਵਾਨ ਕਰਨਾ ਭੁੱਲ ਚੁੱਕ ਦੀ ਖਿਮਾ ਜੀ ਤੇ ਅੱਗੇ ਤੋਂ ਵੀ ਜੋ ਵੀ ਹੁਕਮ ਹੋਵੇਗਾ ਇਸ ਜਥੇਬੰਦੀ ਦਾ ਉਸੇ ਸੇਵਾ ਉੱਤੇ ਸਿਰੇ ਫੁੱਲ ਚੜਾਏ ਜਾਣਗੇ ਦਮਦਮੇ ਟਕਸਾਲ ਵੱਲੋਂ ਜਿੱਦਾਂ ਦਾ ਵੀ ਸਹਿਯੋਗ ਸਾਨੂੰ ਸੰਗਤ ਹੁਕਮ ਕਰੇਗੀ ਬਾਬਾ ਜੀ ਨੇ ਕਿਹਾ ਕਿ ਉਦਾਂ ਦਾ ਵੀ ਸਹਿਯੋਗ ਕਰਾਂਗੇ ਭੁੱਲ ਚੁੱਕ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ